ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਜਸ ਸਿੱਧੂ ਵਲੌਗ ਚੈਨਲ। ਤੇ ਰਿਕੁਐਸਟ ਆ ਸਾਰਿਆਂ ਨੂੰ, ਜਿਹੜਾ ਅੱਜ ਵਾਲਾ ਵਲੌਗ ਆ ਇਹ ਤੁਸੀਂ ਜ਼ਰੂਰ ਐਂਡ ਤਾਈਂ ਦੇਖਿਓ, ਕਿਉਂਕਿ ਮੈਂ ਬਾਹਰ ਤੁਹਾਨੂੰ ਕਹਿੰਦਾ ਉਹਨਾਂ ਦਾ ਵਲੌਗ ਨੂੰ ਐਂਡ ਤਾਈਂ ਦੇਖਿਓ, ਠੀਕ ਆ। ਤੇ ਜਿਹੜਾ ਇਹ ਵਾਲਾ ਵਲੌਗ ਆ ਤੁਸੀਂ ਜ਼ਰੂਰ ਵੇਖੋ ਐਂਡ ਤਾਈਂ। ਸੋ ਆਪਾਂ ਇੰਸਟਾ ਉੱਤੇ ਰੀਲ ਪਾਈ ਸੀ, ਸਾਰਿਆਂ ਨੇ ਬਹੁਤ ਕਮੈਂਟ ਕੀਤੇ, ਬਾਈ ਪੁੱਛਦੇ ਸੀ ਕਿ ਉਸ ਮਾਤਾ ਨੂੰ ਕੀ ਹੋਇਆ, ਹੈ ਨਾ, ਕਿ ਮੈਂ ਥੋੜ੍ਹੀ ਜਲਦੀ ਜਲਦੀ ਵਿੱਚ ਵਲੌਗ ਲੰਬਾ ਨਹੀਂ ਕਰਨਾ ਗਾ। ਮਾਤਾ ਦਾ ਗੁੱਠਾ ਕੱਟਿਆ ਗਿਆ ਸੀ ਉਸਦਾ, ਠੀਕ ਆ। ਤੇ ਜਿਹੜੇ ਮਤਲਬ ਕਿ ਬਹੁਤ ਲੋੜਵੰਦ ਪਰਿਵਾਰ ਸੀਗਾ ਉਹ, ਤੇ ਉਹਨਾਂ ਕੋਲ ਦਵਾਈ ਵਾਸਤੇ ਪੈਸੇ ਨਹੀਂ, ਬਾਪੂ ਤੇ ਬੇਬੇ ਦੋਨੇ ਹੀ ਨੇ, ਠੀਕ ਆ। ਤੇ ਉਹਨਾਂ ਵਾਸਤੇ ਮੈਂ ਸਮਾਨ ਲੈ ਕੇ ਆਇਆ ਕੁਛ ਕੁ, ਕੱਲ ਆਹ ਦਵਾਈਆਂ ਲੈ ਕੇ ਆਇਆ, ਠੀਕ ਆ, ਕਿਉਂਕਿ ਉਹਨਾਂ ਕੋਲ ਮੈਡੀਸਨ ਵੀ ਨਹੀਂ ਸੀਗੀ ਕਿ ਮੈਂ ਕੱਲ ਗਿਆ, ਮੈਂ ਪੱਟੀ ਵਗੈਰਾ ਕਰਕੇ ਆਇਆ, ਬਟ ਅੱਜ ਫੇਰ ਮੈਂ ਚੱਲਿਆ। ਸੋ ਸਪੈਸ਼ਲ ਪੱਟੀਆਂ ਲਿਆਂਦੀਆਂ ਨੇ। ਬਾਪੂ ਜੀ ਨੂੰ ਇਹ ਵੀ ਨਹੀਂ ਪਤਾ ਗਾ ਕਿ ਉਹਨਾਂ ਦੀ ਵਾਈਫ ਨੂੰ ਸ਼ੂਗਰ ਹੈਗਾ ਜਾਂ ਨਹੀਂ ਹੈਗਾ ਗਾ, ਠੀਕ ਆ। ਤੇ ਟ੍ਰੀਟਮੈਂਟ ਉਸ ਹਿਸਾਬ ਨਾਲ, ਕਿਉਂਕਿ ਅੰਗ ਕੱਟਿਆ ਹੋਇਆ ਉਹਨਾਂ ਦਾ, ਕਿ ਬਹੁਤ ਮਾਤਾ ਦਰਦ ਦੇ ਵਿੱਚ ਸੀਗੀ। ਕੁਛ ਪੇਨ ਕਿਲਰ ਵਗੈਰਾ ਵੀ ਮੈਂ ਖਰੀਦ ਕੇ ਲੈ ਕੇ ਆਇਆ ਵਾ, ਠੀਕ ਆ। ਤੇ ਜ਼ਖਮ ਸੁੱਕਣ ਵਾਲੀਆਂ ਹੈਗੀਆਂ, ਬਾਕੀ ਆ ਜ਼ਖਮ ਸਾਫ਼ ਕਰਨਗੇ, ਪੱਟੀਆਂ ਪੁੱਟੀਆਂ, ਕਰੀਮਾਂ ਕਰੂਮਾਂ। ਬਾਕੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆਪਾਂ ਦੇਖਾਂਗੇ ਕਿ ਜਿਹੜੀ ਆਹ ਹੈਗੀ ਆ ਕਿ ਸ਼ੂਗਰ ਟੈਸਟ ਕਰਨ ਵਾਲੀ ਮਸ਼ੀਨ ਆ, ਪਹਿਲਾਂ ਆਪਾਂ ਮਾਤਾ ਦਾ ਸ਼ੂਗਰ ਟੈਸਟ ਕਰਾਂਗੇ ਕਿ ਹਾਂ ਮਾਤਾ ਨੂੰ ਸ਼ੂਗਰ ਕਿੰਨਾ ਵਾ, ਮਾਤਾ ਨੂੰ ਹੈ ਕਿ ਨਹੀਂ ਹੈ। ਮਾਤਾ ਬਹੁਤ ਮਿਹਨਤੀ ਸੀ, ਬਹੁਤ ਕੰਮ ਕਰਦੀ ਸੀਗੀ, ਠੀਕ ਆ, ਪਰ ਮੇਰਾ ਮਨ ਇਹ ਕਹਿੰਦਾ ਕਿ ਉਹਨਾਂ ਨੂੰ ਸ਼ੂਗਰ ਨਹੀਂ ਹੋ ਸਕਦਾ। ਜਿਹੜਾ ਬੰਦਾ ਜ਼ੋਰ ਲਾਉਂਦਾ, ਇੰਨਾ ਖਪਾ ਕਰਦਾ, ਹੈ ਨਾ, ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਸ਼ੂਗਰ ਹੋਣਾ ਬਹੁਤ ਘੱਟ ਚਾਂਸ ਹੁੰਦੇ ਨੇ। ਬਟ ਫਿਰ ਵੀ ਆਪਾਂ ਪਹਿਲਾਂ ਮਾਤਾ ਦਾ ਸ਼ੂਗਰ ਚੈੱਕ ਕਰਾਂਗੇ, ਠੀਕ ਆ, ਉਸ ਤੋਂ ਬਾਅਦ ਮਾਤਾ ਦਾ ਟ੍ਰੀਟਮੈਂਟ ਕਰਾਂਗੇ, ਅਤੇ ਠੀਕ ਆ, ਤੁਹਾਨੂੰ ਮਾਤਾ ਦਾ ਦਿਖਾਉਣੇ ਆ ਮਾਤਾ ਦਾ ਕੀ ਹਾਲ ਆ। ਮਾਤਾ ਬਹੁਤ ਵਿਚਾਰੀ ਦਰਦ ਦੇ ਵਿੱਚ ਆ, ਠੀਕ ਆ। ਸੋ ਸਾਰਿਆਂ ਜੁੜੇ ਰਹੋ, ਠੀਕ ਆ, ਆਪਾਂ ਹੁਣ ਮਾਤਾ ਕੋਲ ਚੱਲਦੇ ਹਾਂ, ਠੀਕ ਆ। ਅਤੇ ਆਹ ਦਵਾਈਆਂ ਦਵਾਈਆਂ ਸਾਰੀਆਂ ਮੈਂ ਮਾਤਾ ਨੂੰ ਦੇ ਕੇ ਆਊਂਗਾ, ਸਾਰੀਆਂ ਖਰੀਦੀਆਂ ਸੀ ਮਾਤਾ ਵਾਸਤੇ, ਮੈਂ ਕੱਲ੍ਹ ਸ਼ਹਿਰ ਨੂੰ ਲੈ ਕੇ ਆਇਆ ਵਾ, ਠੀਕ ਆ। ਅਤੇ ਪਹਿਲਾਂ ਆਪਾਂ ਸ਼ੂਗਰ ਟੈਸਟ ਕਰਾਂਗੇ, ਜੇ ਸ਼ੂਗਰ ਜ਼ਿਆਦਾ ਆਉਂਦਾ ਤਾਂ ਫਿਰ ਆਪਾਂ ਕੁਛ ਡਾਕਟਰ ਦੀ ਸਲਾਹ ਲਵਾਂਗੇ, ਠੀਕ ਆ, ਕਿਉਂਕਿ ਉਹ ਪਰਿਵਾਰ ਆਪ ਤਾਂ ਵਿਚਾਰਾ ਨਹੀਂ ਡਾਕਟਰੀ ਇਲਾਜ ਨਹੀਂ ਕਰਵਾ ਸਕਦਾ ਗਾ। ਓਕੇ ਓਕੇ, ਤਾਂ ਮੈਂ ਕਹਿੰਦਾ ਹੁਣ ਬਾਈ ਖੁਸ਼ ਰਿਹਾ ਕਰੋ, ਦੁਨੀਆ ਬਹੁਤ ਦੁਖੀ ਤੋਂ ਦੁਖੀ ਪਈ ਆ, ਇੱਦਾਂ ਦੇ ਲੋਕ ਵੀ ਪਏ ਨੇ ਜਿਹੜਾ ਆਪਦਾ ਇਲਾਜ ਵੀ ਨਹੀਂ ਕਰਵਾ ਸਕਦੇ, ਹੈ ਨਾ। ਅਤੇ ਤੁਸੀਂ ਇੱਥੇ ਹੈਗੇ ਹੋ, ਤੁਸੀਂ ਬਹੁਤ ਰੱਬ ਨੇ ਵਧੀਆ ਜਗ੍ਹਾ 'ਤੇ ਰੱਖਿਆ, ਹੈ ਨਾ, ਜਿੱਥੇ ਆਪਾਂ ਹੈਗੇ ਆਪਾਂ ਬਹੁਤ ਰੱਬ ਨੇ ਬਹੁਤ ਆਪਣੀ ਉੱਚੀ ਥਾਂ 'ਤੇ ਰੱਖਿਆ ਹੋਇਆ। ਕਦੇ ਐਵੇਂ ਲਾਈਫ ਦੀ ਬਾਹਲਾ, ਆਪਦੀ ਲਾਈਫ ਨੂੰ ਬਾਹਲਾ ਦੋਸ਼ ਨਾ ਦਿਆ ਕਰੋ, ਠੀਕ ਆ। ਅਤੇ ਦਿਨ ਚੰਗੇ ਮਾੜੇ ਚੱਲਦੇ ਰਹਿੰਦੇ। ਚਲੋ ਆਪਾਂ ਵਲੌਗ ਲੰਬਾ ਨਹੀਂ ਕਰਨਾ, ਆਪਾਂ ਮਾਤਾ ਕੋਲ ਚੱਲਦੇ ਹਾਂ, ਠੀਕ ਆ। ਅਤੇ ਮਾਤਾ ਨਾਲ ਤੁਹਾਨੂੰ ਮਿਲਾਉਣੇ ਆ, ਅਤੇ ਮਾਤਾ ਦਾ ਟ੍ਰੀਟਮੈਂਟ ਕਰਦੇ, ਪੱਟੀ ਵਗੈਰਾ ਦੁਬਾਰਾ। ਸਪੈਸ਼ਲ ਪੱਟੀਆਂ ਨੇ ਜਿਹੜੀਆਂ ਸ਼ੂਗਰ ਵਾਸਤੇ ਹੁੰਦੀਆਂ ਨੇ, ਸ਼ੂਗਰ ਵਾਲੇ ਜ਼ਖਮ ਦੀ ਸਪੈਸ਼ਲ ਪੱਟੀਆਂ ਨੇ। ਸੋ ਬਹੁਤ ਸਫਾਈ ਦੇ ਨਾਲ ਉਹ ਜ਼ਖਮ ਨੂੰ ਸਾਫ਼ ਕਰਨਾ ਪੈਂਦਾ। ਜਦ ਬਾਪੂ ਵਿਚਾਰੇ ਨੂੰ, ਉਹਨੂੰ ਪਤਾ ਹੀ ਨਹੀਂ, ਉਹਨਾਂ ਨੂੰ ਵਿਚਾਰੇ, ਹੈ ਨਾ, ਇੱਕ ਥੋੜ੍ਹਾ ਜਿਹਾ, ਠੀਕ ਹੈ, ਅਨਪੜ੍ਹਤਾ ਵੀ ਸ਼ਰਾਪ ਹੁੰਦੀ ਹੈ ਉਹਨੂੰ, ਬਾਬੇ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਕਿੱਦਾਂ ਕਰਨਾ, ਜਾਂ ਗੰਦੇ ਹੱਥ ਹੀ ਉਹਨਾਂ, ਥੋੜ੍ਹਾ ਰਹਿਣ ਸਹਿਣ ਵੀ ਉਹਨਾਂ ਦਾ ਉੱਦਾਂ ਹੀ ਆ, ਫਿਰ ਮੈਂ ਸਮਝਾ ਕੇ ਵੀ ਆਊਂਗਾ ਉਹਨਾਂ ਨੂੰ। ਅਤੇ ਬਾਕੀ ਕੋਈ ਨਹੀਂ, ਬਾਕੀ ਪੱਟੀ ਤਾਂ ਮੈਂ ਆਪਦੇ ਹੱਥ ਨਾਲ ਹੀ ਕਰਿਆ ਕਰੂੰਗਾ ਸਾਰਾ, ਆਪਾਂ ਆਪਦੇ ਹੱਥੀ ਕਰਾਂਗੇ। ਬਾਪੂ ਨੂੰ ਤੁਹਾਨੂੰ ਆਪਾਂ ਕਾਹਨੂੰ ਖੇਚਲ ਕਰਨੀ, ਠੀਕ ਆ। ਚਲੋ ਬਾਈ, ਲਵ ਯੂ ਆ ਸਾਰਿਆਂ ਨੂੰ, ਅਤੇ ਆਪਾਂ ਚੱਲਦੇ ਹਾਂ ਮਾਤਾ ਕੋਲ, ਤੁਹਾਨੂੰ ਮਾਤਾ ਨਾਲ ਮਿਲਾਉਂਦੇ ਹਾਂ, ਸਾਰੇ ਜਣੇ ਜੁੜੇ ਰਹੋ। ਹਾਂ, ਕਿਵੇਂ ਬਾਪੂ, ਠੀਕ ਆ? ਕਿੱਦਾਂ ਮਾਤਾ, ਫਰਕ ਕੁਛ ਅੱਗੇ ਨਾ? ਪੱਕਾ ਬੰਦ ਕਰ, ਪੱਕਾ ਬੰਦ ਕਰ, ਪੱਕੀ ਸੋ ਚੱਕ ਦੇ। ਪੱਟੀ ਨਾ ਪਾਉਂ, ਮੈਂ ਸਪੈਸ਼ਲ ਪੱਟੀਆਂ ਲੈ ਕੇ ਆਇਆ ਜਿਹੜੀਆਂ ਹੈਗੀਆਂ, ਇਹ ਸਪੈਸ਼ਲ ਇਹਦੇ ਵਾਸਤੇ ਹੁੰਦੀਆਂ। ਮਾਤਾ ਨੂੰ ਪਾਣੀ ਪਿਆ, ਪਾਣੀ ਪਿਆ ਮਾਤਾ। ਪਹਿਲਾਂ ਆਪਾਂ ਨਾ ਉਹਦਾ ਸ਼ੂਗਰ ਟੈਸਟ ਕਰਦੇ ਹਾਂ, ਸ਼ੂਗਰ ਕਿੰਨਾ, ਠੀਕ ਆ। ਮਾਤਾ ਦੀ ਸ਼ੂਗਰ ਤਾਂ ਘੱਟ ਆਈ ਸੀ, ਤੁਸੀਂ ਕਿਹੜੀ ਸ਼ੂਗਰ ਹੈਗਾ ਇਹਨੂੰ, ਹੈਂ, ਗੋਲੀਆਂ ਵੀ ਨਾਲ, ਤੁਸੀਂ ਕਿਉਂ ਡਰਾਈ ਜਾਂਦੇ ਮਾਤਾ ਨੂੰ, ਮਾਤਾ ਤੈਨੂੰ ਤਾਂ ਕੁਛ ਵੀ ਨਹੀਂ ਹੋਇਆ। ਆਹ ਦੇਖ ਕਿੰਨੀ ਆ, ਦੇਖੋ ਕੱਤਰ,
71 ਆ, ਮਾਤਾ ਦੀ ਸ਼ੂਗਰ 71 ਆਈ ਹੈ ਜੀ, ਠੀਕ ਆ। ਸੋ ਇਹ ਇਸੇ ਕਰਕੇ ਤਾਂ ਜ਼ਿਆਦਾ ਡਰੀ ਜਾਂਦੇ, ਮੈਨੂੰ ਵੀ ਡਰਾਤਾ ਇਹਨਾਂ ਨੇ ਕਿ ਬਈ ਸ਼ੂਗਰ ਆਈ ਆ, ਬਈ ਮੁੜ ਕੇ ਚੱਕ ਮਾਂ ਜੀ। ਮੈਂ ਨਹੀਂ ਜਾ। ਅੱਛਾ खंड खुंड खवाओ माता नूं। हां शुगर घट आ माता, वध नहीं गा तेरा, टेंशन ना लै। माता दा खून भी पतला आया बिलकुल, ऐदा नहीं हैगा कि साही साडा ब्लड हुंदा कि काला काला हुंदा, ऐ ना ब्लड लेड, ठीक आ। आ जाएगा आवा कंप्लीट लगा लेके नु। अच्छा 70 आई आ, 150 तक नॉर्मल हुंदी अपनी। हां लोकां दी 600 सी शुगर करदी आ, 600 ਇਹ ਆਏ ਬੋਕਾ ਜੀ। ਜਿਹੜੀ ਚੀਜ਼ ਆਪਾਂ ਨੂੰ ਸੀਗਾ ਡਰ, ਉਹ ਆਪਣਾ ਕਲੀਅਰ ਹੋ ਗਿਆ ਜੀ, ਠੀਕ ਆ। ਕਿਉਂਕਿ ਜੇ ਜਖਮ ਹੁੰਦਾ ਮਤਲਬ ਇਹ ਗੂਠਾ ਕੱਟਿਆ ਹੋਇਆ, ਜਦੋਂ ਸ਼ੂਗਰ ਆਉਂਦੀ ਹੈ ਫਿਰ ਉਹ ਜਖਮ ਸਿੱਧੀ ਹਟਦਾ ਨਹੀਂ ਗਾ, ਇਹ ਪ੍ਰੋਬਲਮ ਹੋ ਗਈ ਇਹ ਹਟ ਨਹੀਂ ਗਿਆ। ਸੋ ਮਾਤਾ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ, ਹੁਣ ਆਪਾਂ ਨੂੰ ਪਰਮਾਤਮਾ ਦੀ ਕਿਰਪਾ ਵਾ, ਹੁਣ ਨਹੀਂ ਲਈਦੇ, ਹੁਣ ਆਪਾਂ ਠੀਕ ਕਰ ਲਾਂਗੇ ਜਖਮ, ਹੁਣ ਨਹੀਂ ਰਹਿਣਾ। ਸੋ ਜੇ ਉਹ ਚੀਜ਼ ਹੁੰਦੀ ਤੇ ਸੋ ਉਹਦੀਆਂ ਮੈਂ ਸਪੈਸ਼ਲ ਪੱਟੀਆਂ ਵੀ ਲੈ ਕੇ ਆਇਆ ਸੀਗਾ, ਆ ਸਪੈਸ਼ਲ ਜਿਹੜੀ ਸ਼ੂਗਰ ਦਾ ਜਖਮ ਹੁੰਦਾ ਉਹ ਤੇ ਪੱਟੀ ਹੁੰਦੀ, ਸਪੈਸ਼ਲ ਪੱਟੀ ਹੁੰਦੀ ਹੈ, ਫਿਰ ਉਹ ਕਰਨ ਦੀ ਲੋੜ ਪੈਂਦੀ ਆ ਆਪਾਂ। ਇਹ ਪੱਟੀ ਆਪਾਂ ਹੁਣ ਦੁਬਾਰਾ ਕਰ ਦਿੰਦੇ ਆ, ਠੀਕ ਆ। ਬੁਲਬਲੇ ਨੀ ਮਾਰਦੀ, ਮੈਂ ਤਾਂ ਹੀ ਕਹਿੰਦਾ ਉਹ ਚੀਜ਼ ਹੋਰ ਆ, ਮੈਂ ਕਿਉਂ माता आ दोने एक एक दे दो, पानी साफ भांडे साफ गिलास लिया बार चक ਮੈਡੀਸਨ ਉਹ ਵੀ ਦੇਤੀ ਆ, ਤੇ ਬਾਕੀ ਥੋੜੀ ਜਿਹੀ ਆਪਾਂ ਵਧੀਆ ਲੈ ਕੇ ਆਂਦੀ ਸੀ ਦੂਜੀ ਕਰੀਮ ਵਗੈਰਾ, ਉਹ ਮਾਤਾ ਦੇ ਲਾਤੀ ਆ, ਠੀਕ ਆ ਮਾਤਾ। ਓਕੇ ਵਾ ਕੈਮ ਰਹਿ ਬਾ ਤੂੰ, ਅਸੀਂ ਫੇਰ ਹੀ ਕਹਿ ਹੋਣਾ ਜੇ ਤੂੰ ਕੈਮ ਰਹੇਗੀ, ਜੇ ਤੂੰ ਦਿਲ ਛੱਡ ਗਈ ਫੇਰ ਨਹੀਂ ਚੰਗਾ। ਹੁਣ ਤੈਨੂੰ ਸ਼ੂਗਰ ਸ਼ੂਗਰ ਕਹਿੰਦੀ, ਸ਼ੂਗਰ ਬਿਲਕੁਲ ਨਹੀਂ ਆਇਆ, ਕੋਈ ਸ਼ੂਗਰ ਨਹੀਂ ਹੈਗਾ, ਠੀਕ ਆ ਨਾ, ਹੈ ਨੀ ਨਾ ਸ਼ੂਗਰ। ਮਾਤਾ ਦੇਖੋ ਕੱਲ ਦੇ ਨਾਲ ਮਾਤਾ ਬੋਲ ਰਹੀ ਹੈ, ਕੱਲ ਮਾਤਾ ਜਮਾਂ ਦਿਲ ਛੱਡ ਗਈ, ਮਾਤਾ ਨੇ ਮੈਨੂੰ ਪਛਾਣਿਆ ਨਹੀਂ ਸੀ ਕੱਲ, ਹੁਣ ਪਛਾਣ ਲਿਆ ਨਾ ਮੈਨੂੰ, ਫੇਰ ਕੱਲ ਮਾਤਾ ਨੇ ਪਛਾਣਿਆ ਨੀ ਮੈਨੂੰ। ਸੋ ਕੋਈ ਨੀ, ਬਾਬਾ ਕਿਰਪਾ ਕਰੂਗਾ, ਵਾਹਿਗੁਰੂ ਕਿਰਪਾ ਕਰੂਗਾ, ਤੇ ਆਪਾਂ ਮਾਤਾ ਨੂੰ ਜਲਦੀ ਠੀਕ ਕਰਾਂਗੇ, ਠੀਕ ਆ। ਸੋ ਥੋੜਾ ਜਿਹਾ ਹੋ ਜਾਂਦਾ ਕਿ ਦਵਾਈ ਦਵੂਈ ਟਾਈਮ ਸਿਰ ਨਹੀਂ ਲੱਗਣੀ, ਪੱਟੀ ਸਿਰ ਟਾਈਮ ਸਿਰ ਨਹੀਂ ਬਦਲਦੀ, ਜਾ ਠੀਕ ਹੋਣ ਦੀ ਥਾਂ ਤੇ ਗੱਲਾਂ ਸ਼ੁਰੂ ਹੋ ਜਾਂਦਾ, ਇਹ ਗੱਲਾਂ ਹੋ ਜਾਂਦੀਆਂ ਨੇ, ਇੱਕ ਥੋੜਾ ਮੌਸਮ ਉਦਾਂ ਦਾ। ਬਸ ਮਾਤਾ ਜਦੋਂ ਤੂੰ ਠੀਕ ਹੁੰਦੀ ਸੀਗੀ ਹਨਾ, ਤੇ ਇਸ ਟਾਈਮ ਤੂੰ ਝੋਨਾ ਲਾਉਂਦੀ ਹੁੰਦੀ ਸੀ ਹਨਾ, ਝੋਨਾ ਲਾਉਣਾ ਜੀ ਨਹੀਂ ਕਰਦਾ ਸੀ, ਝੋਨਾ ਲਾਉਣ ਨੀ ਜੀ ਕਰਦਾ ਕਿ ਝੋਨਾ ਲਾਉਂਦੀ, ਬਾਪੂ ਵੀ ਨਾਲ ਹੀ ਹੁੰਦਾ ਸੀ ਵਿਚਾਰਾ, ਇਹ ਦੋਨੇ ਝੋਨਾ ਲਾਉਂਦੇ ਹੁੰਦੇ ਸੀਗੇ, ਕਿਉਂਕਿ ਆਹ ਉਮਰ ਚ ਵੀ ਝੋਨਾ ਲਾਉਂਦੇ ਆ ਝੋਨਾ। ਮਾਤਾ ਬਹੁਤ ਮਿਹਨਤੀ ਆ, ਬਹੁਤ ਮਿਹਨਤ ਕਰਦੇ, ਇਹ ਨੀ ਗੱਲ ਹੈਗੀ, ਕਿਉਂਕਿ ਮੇਰਾ ਮਨ ਕਹਿੰਦਾ ਸੀਗਾ ਕਿ ਸ਼ੂਗਰ, ਕਿਉਂਕਿ ਮੈਂ ਡਾਕਟਰ ਨਹੀਂ ਕੋਈ ਹੈਗਾ, ਠੀਕ ਆ, ਤੇ ਕੱਲ ਜਾਵੜਾ ਪੁੱਤ ਜਾਣਾ ਆ ਦੇ ਜਾ ਮੈਨੂੰ ਝੋਨਾ ਲਾਉਂਦੇ ਰਹਿ ਜਾਵੜਾ ਤੂੰ ਨਾ ਦੇ ਦੋ।
मैं कोई डॉक्टर नहीं है गा, बट इना पता लग नहीं बापू डॉक्टर नहीं है, डॉक्टर का रतबा बहुत उच्चा होता अपना लाइफ का तजर्बा होंगे जो बंद जो मेहनत करते हैं जो बंद मेहनत करता है कभी भी ब्लड शुगर नहीं होंगे गा ठीक है क्योंकि शुगर जी अपने ब्लड के होंगी जो आप जोर लाने तो पहला अपना शरीर जो ब्लड जो शुगर है वा ब्लड खिंच के उन्होंने वेस्ट का उन्होंने बर्न कर देता ठीक है। सो वह गल नहीं हैगी सी। सो डॉक्टर जो मैं दवाई लैके आया मैं डॉक्टर दसिया कि मैंने इतना पता लगे माता ने शुगर का बूटा कटिया आ। सो डॉक्टर भी डर गए थे वो दवाई देने थोड़ा संकोच करते फिर मैं बी तुम दो बेस्ट दो सब तो वधिया दवाई दो जिन्ने मर्जी पैसे लग जाने मैं लाऊंगा माता का जिन्ना खर्चा होगा मैं करूंगा पर तुम बेस्ट दवाई दो बेस्ट दवाई सू चाहिए तुम दे दो गेरा। फिर मैं हूँ चैक किया मैं ब्लड या शुगर चैक किया माता का शुगर नॉर्मल आया। सो आप कवर कर लेंगे सो हम नहीं लेते आप ठीक है दोस्तों। लव यू सारे जो फर्स्ट टाइम देख रहे अपने चैनल में सबसक्राइब कर दो बेबी की अपडेट मिलते हैं फिर अगले ब्लॉग के तद तक लिए सत श्रीकाल हलो बाय माता बाय तो कर दो फिर।